ਤੋਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕ੍ਰੋਸਬੋ ਬਾਰੇ ਜਿਹੜੀ ਆ ਮੇਰੇ ਹੱਥ ਵਿੱਚ ਖੜੀ ਹੋਈ ਹੈ। ਇਹ ਜਿਹੜੀ ਕ੍ਰੋਸਬੋ ਬਾਈ ਇਹਨੂੰ ਮੈਂ 2 ਸਾਲ ਪਹਿਲਾਂ ਤਿਆਰ ਕੀਤਾ ਸੀ ਅਤੇ ਹੈਰਾਨੀ ਦੀ ਗੱਲ ਇਹ ਆ ਬਈ ਇਹ ਅੱਜ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਵੇਂ ਬਾਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਅੱਜ ਤੋਂ 2 ਸਾਲ ਪਹਿਲਾਂ ਆਪਾਂ ਇਹਨੂੰ ਤਿਆਰ ਕੀਤਾ ਸੀਗਾ ਅਤੇ ਥੋੜ੍ਹਾ ਬਹੁਤਾ ਚਲਾਇਆ, ਫਿਰ ਇਹਨੂੰ ਮੈਂ ਸਾਂਭਤਾ ਸੀਗਾ ਅਤੇ ਹੁਣ ਦੁਬਾਰਾ ਜਦੋਂ ਆਪਾਂ ਇਹਨੂੰ ਕੱਢਿਆ ਅਤੇ ਇਹਦੇ ਟਰਿਗਰ ਜਿਹੜਾ ਉਹ ਜਾਮ ਹੋਇਆ ਵਾ ਸੀਗਾ ਅਤੇ ਉਹਨੂੰ ਆਪਾਂ ਲਾਇਆ ਥੋੜ੍ਹਾ ਜਿਹਾ ਤੇਲ ਅਤੇ ਉਹਦੇ ਨਾਲ ਰੈਲਾ ਹੋ ਗਿਆ ਅਤੇ ਬਾਕੀ ਇਹ ਟਰਿਗਰ ਦੇ ਨਾਲ ਨਾ ਰਬੜਾਂ ਪਾਈਆਂ ਹੁੰਦੀਆਂ ਜਿਹਦੇ ਕਰਕੇ ਬੈਗ ਜਾਂਦਾ ਰਹਿੰਦਾ। ਸਪਰਿੰਗ ਦੀ ਥਾਂ 'ਤੇ ਮੈਂ ਇੱਥੇ ਰਬੜਾਂ ਵਰਤੀਆਂ ਸੀਗੀਆਂ ਅਤੇ ਉਹ ਦੁਬਾਰਾ ਆਪਾਂ ਕੱਟ ਕੇ ਨਵੀਆਂ ਪਾਤੀਆਂ ਅਤੇ ਇਹਦੇ ਨਾਲ ਆਪਣਾ ਟਰਿਗਰ ਦਾ ਕੰਮ ਵਧੀਆ ਹੋ ਗਿਆ। ਬਾਕੀ ਜਿਹੜਾ ਮੂਹਰੇ ਕਮਾਨ ਸੀਗੇ ਬਿਲਕੁਲ ਸਹੀ ਪਿਆ ਸੀ, ਤਾਰ ਵੀ ਇਹਦੀ ਬਿਲਕੁਲ ਸਹੀ ਸੀਗੀ। ਥੋੜ੍ਹਾ ਜਿਹੜਾ ਇੱਥੇ ਕੰਮ ਕੀਤਾ ਆਪਾਂ, ਜਿਹੜੀ ਚਿੱਟੀ ਤੁਸੀਂ ਕਲਰ ਪੱਟੀ ਦੇਖ ਰਹੇ ਨਾ, ਇਹ ਇੱਥੇ ਮੈਂ ਫੱਟੀ ਇੱਕ ਵਿੱਚ ਫਸਾਈ ਹੈ। ਇੱਥੋਂ ਦੀ ਜਿਹੜੀ ਆਪਾਂ ਖਾਲੀ ਤਿਆਰ ਕੀਤੀ ਜਿਹਦੇ ਵਿੱਚ ਆਹ ਟੀ ਟੈਗ ਦਾ, ਆਹ ਟੀ ਟੈਗ ਦਾ ਇਹ ਥੋੜ੍ਹਾ ਨੀਵਾਂ ਉੱਠ ਜਾਂਦਾ ਸੀ ਕਈ ਵਾਰੀ, ਜਿਹੜਾ ਟਰਿਗਰ ਆਪਾਂ ਕਹਿ ਲਈਏ ਜਾਂ ਪਹਿਲਾਂ ਆਪਾਂ ਚਲਾਉਂਦੇ ਸੀਗੇ ਉਹ ਕਈ ਵਾਰੀ ਨਿਸ਼ਾਨਾ ਮੈਸ ਨਿਕਲ ਜਾਂਦਾ ਸੀ, ਤਾਰ ਤੀਰ ਦੇ ਉੱਤੋਂ ਦੀ ਲੰਘ ਜਾਂਦੀ ਅਤੇ ਆਪਣਾ ਨਿਸ਼ਾਨਾ ਖਰਾਬ ਹੋ ਜਾਂਦਾ ਸੀ। ਇਸ ਕਰਕੇ ਥੋੜ੍ਹਾ ਜਿਹਾ ਇੱਥੇ ਕੰਮ ਕੀਤਾ, ਬਾਕੀ ਸਾਰਾ ਕੰਮ ਬਾਈ ਇਹਦਾ ਓਕੇ ਹੈ। ਅਤੇ ਆ ਜਾਓ ਆਪਾਂ ਬਈ ਇਹਨੂੰ ਹੁਣ ਦੁਬਾਰਾ ਤੋਂ ਚਲਾਉਂਦੇ ਹਾਂ ਅਤੇ ਦੇਖਦੇ ਹਾਂ ਬਈ ਇਹਦੀ ਕਿਹੋ ਜਿਹੀ ਪਰਫੋਰਮੈਂਸ ਹੈ। ਸਭ ਤੋਂ ਪਹਿਲਾਂ 30 ਫੁੱਟ ਦੇ ਨਿਸ਼ਾਨੇ ਲਾਵਾਂਗੇ। ਚਲੋ ਬਈ ਨਿਸ਼ਾਨੇ ਲਾਉਣ ਦਾ ਕਾਰਜਕ੍ਰਮ ਸ਼ੁਰੂ ਕਰਦੇ ਹਾਂ। ਟਾਰਗੇਟ ਤੋਂ ਦੂਰੀ ਸਭ ਤੋਂ ਪਹਿਲਾਂ ਰੱਖ ਲਈ ਆਪਾਂ 30 ਫੁੱਟ, ਕ੍ਰੋਸ ਨੂੰ ਲੋਡ ਕਰ ਲਿਆ, ਤੀਰ ਲਾ ਲਿਆ, ਲਗਾਤਾਰ ਮੈਂ 5 ਤੀਰ ਚਲਾਊਂਗਾ। ਉਸ ਤੋਂ ਬਾਅਦ ਆਪਾਂ ਨੈਕਸਟ ਦੂਰੀ ਜਿਹੜੀ ਉਹ ਤੈਅ ਕਰਾਂਗੇ ਅਤੇ ਅੱਜ ਦੇਖਦੇ ਹਾਂ ਕਿਹੋ ਜਿਹੇ ਰਿਜ਼ਲਟ ਮਿਲਦੇ ਆ। ਬਾਈ ਹੁਣ ਜਿਹੜੇ ਤੁਸੀਂ ਨਿਸ਼ਾਨੇ ਦੇਖੇ ਸੀ ਉਹ ਆਪਾਂ ਦੂਰੀ ਰੱਖੀ 30 ਫੁੱਟ ਅਤੇ 30 ਫੁੱਟ ਤੱਕ ਤੁਸੀਂ ਦੇਖਿਆ ਕਿਹੋ ਜਿਹੇ ਨਿਸ਼ਾਨੇ ਲੱਗੇ ਟਾਰਗੇਟ 'ਤੇ, ਕਿਹੋ ਜਿਹੇ ਜਿਹੜੇ ਸੁਰਾਗ ਹੋਏ ਆ। ਅਤੇ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਆ ਬਈ 50 ਫੁੱਟ ਦੂਰੀ ਕਰਤੀ ਆਪਾਂ ਅਤੇ ਕ੍ਰੋਸਬੋ ਰੈਡੀ ਚਲਾਉਣ ਵਾਸਤੇ ਲੋਡ ਕੀਤੀ ਹੋਈ ਆ, ਤੀਰ ਲੱਗਿਆ ਹੋਇਆ ਅਤੇ ਅੱਜ ਹੁਣ 50 ਫੁੱਟ 'ਤੇ ਦੇਖਦੇ ਹਾਂ ਕਿਹੋ ਜਿਹਾ ਰਿਜ਼ਲਟ ਮਿਲਦਾ। ਵੈਰੀ ਗੁੱਡ, ਪਹਿਲਾ ਨਿਸ਼ਾਨਾ ਲੱਗਿਆ, ਸੁਰਾਗ ਹੋ ਗਿਆ, ਤੀਰ ਵਾਪਸ ਹੀ ਮੁੜਿਆ ਅਤੇ ਚਲੋ ਹੁਣ ਬਾਕੀ ਦੇ ਤੀਰ ਵੀ ਐਂ ਚਲਾਉਂਦੇ ਹਾਂ। ਬਾਈ 50 ਫੁੱਟ ਦੀ ਦੂਰੀ ਤੱਕ ਆਪਾਂ ਨਿਸ਼ਾਨੇ ਲਾ ਲਏ ਅਤੇ ਤੀਰ ਮੈਂ ਇਕੱਠੇ ਕਰ ਲਿਆ ਬਾਈ, ਅਤੇ ਹੁਣ ਇਸ ਤੋਂ ਅੱਗੇ ਆਪਾਂ ਇਸ ਕ੍ਰੋਸਬੋ ਨੂੰ ਨਹੀਂ ਚਲਾਉਣਾ ਬਈ। ਇਸ ਤੋਂ ਅੱਗੇ ਜਿਹੜੀ ਆ ਲੌਂਗ ਰੇਂਜ ਹੀ ਰਹਿ ਜਾਂਦੀ ਆ, ਤੀਰ ਮੈਂ ਇਸ ਕ੍ਰੋਸਬੋ ਦੇ ਉੱਤੇ ਚਾੜੂੰਗਾ ਅਤੇ ਉੱਪਰ ਨੂੰ ਚਲਾਉਂਗਾ ਜਾਂ ਦੂਰ ਤੱਕ ਚਲਾਉਂਗਾ, ਉਹਦੇ ਨਾਲ ਬਸ ਲੌਂਗ ਰੇਂਜ ਮਿਲ ਜੂਗੀ, ਡੈਮੇਜ ਨਹੀਂ ਪਤਾ ਲੱਗਣਾ ਡੈਮੇਜ ਪੈਂਦਾ ਕਿ ਨਹੀਂ। 50 ਫੁੱਟ ਦੀ ਦੂਰੀ ਤੱਕ ਇਹਦੀ ਜਿਹੜਾ ਡੈਮੇਜ ਆ ਉਹ ਠੀਕ ਠਾਕ ਹੀ ਹੈ, ਯਾਨੀ ਕਿ ਇਹ ਠੀਕ ਠਾਕ ਕ੍ਰੋਸਬੋ ਹੈਗੀ ਆ, 30 ਫੁੱਟ ਤੱਕ ਫੰਕਸ਼ਨ ਬਹੁਤ ਵਧੀਆ ਕਰ ਸਕਦੇ ਇਹਦੇ ਨਾਲ ਆਪਾਂ। ਉਮੀਦ ਕਰਦਾ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਇਹੋ ਜਿਹੀਆਂ ਬਹੁਤ ਘੈਂਟ ਘੈਂਟ ਵੀਡੀਓ ਮੈਂ ਅੱਗੇ ਲੈ ਕੇ ਆਉਣ ਵਾਲਾ ਅਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜਿਨ੍ਹਾਂ ਵੀਰਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਅਤੇ ਹੁਣ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਕਿੰਨਾ ਵੀਡੀਓ ਨਾਲ।